5 ਮੰਥ ਦਾ ਹੋ ਗਿਆ ਏ ਸ਼ੁਰੂਆਤ ਕਹਿੰਦੇ ਗੁਰੂ ਘਰ ਤੋਂ ਕਰਨੀ ਆ ਮੱਥਾ ਟੇਕ ਕੇ ਯਾਂ ਪੜੀਆਂ ਡੇ ਟੂ ਯੂ ਓਪਨ ਪੁੱਠਾ ਕੀਤਾ ਆ ਟੇਡਾ ਕੀਆ ਇਸਕੋ ਨਵਾਬ ਸਾਹਿਬ ਆਏ ਹਮਾਰੇ ਭਾਈ ਮੇਰੇ ਨਵਾਬ ਸਾਹਿਬ ਨਵਾਬ ਸਾਹਿਬ ਭਾਈ ਹੈਪੀ ਬਰਥਡੇ ਓਲੀ ਮੈਡ ਪੀਪਲ ਹਾਂਜੀ ਹੁਣੇ ਨੇ ਗਾਉਣਾ ਉੱਥੇ ਉਹ ਸੌਂਦਾ ਸੀਗਾ ਓਏ 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 ਤੱਕਾ ਲਾਈਏ ਤੱਕਾ ਲਾਓ ਭਾਈ ਪੇ ਭਾਈ ਪੇ ਹਰ ਕੋਈ ਬੰਦਾ ਆਪਣੀ ਸੋਚ ਦੇ ਹਿਸਾਬ ਨਾਲ ਸਹੀ ਹੁੰਦਾ ਆ हैप्पी बर्थडे टू यू लो भी सज्जनो नाल साहब ते सुते ने ते इन्हां नूं ते विचारां नूं पता भी नहीं होना कि ये 5 महीने दे हो चुके ने ते बहुत बहुत मुबारक आपां हुण चले आ जी मथा टेकण गुरु घर नहीं टलदे फिर नहीं टलदे कहिंदे नहीं टलदे हट जाओ अज होटल वाले ने कमरा वापस ले लेना वा आ गया ही ओ नहीं नहीं सही है जड़ ने ठोक के मना करे हटदे ही नहीं आ बस ओहो गल्लां जान मैं लिया सदड़ा पर उत्ते अपनी VIP एंट्री आ तुहानूं पता वा लो भी मित्रों पहुंच गए हैं ते करदे हैं दर्शन मेले जुड़े रहो नाल नाल सज्जनो महाराज दर्शन कर लो जी उठ जो अजे तक सुते हो सुस्ती पाइए लो भी मित्रों अपना टॉप कहिंदे आ कि 5 तारा बेस्ट आ कहिंदे कसौल दे विच इत्थे अपने नवाब दा कटांगे केक वेरी गुड गौरव वीर ओपन पुट्ठा कीता है कि चक्कर उस्ताद जी ओपन पुट्ठा कीता आ टेढ़ा किया इसको इस ओपन को उल्टा कर दिया आपने क्यों दूसरा चक्कर पाता वेला चलो कोई गल नहीं आ लो भी आप आए कसौल की मार्केट के अपने नाबू ली लैन केक एक यार पेस्ट्रियां ही है तेरा पूरा केक नहीं मिल लिया लो भी सजनों केक मिले तो है पर एवं मिले ने हाँ जी पीके भाई चलिए फिर अपने नवाब साहब वेट कर रहे ने कह रहे ने केक लैके वापसी नहीं आए इटा हो रही अपनी टू यू डेस्टिनेशन से पहुंच चुके हैं आप अपने नवाब साहब अंदर वेट कर रहे ने अपनी कहते कसौल आ चको पहला ही नवाब साहब तुहानू कहा कि अंदर वेट कर रहे हैं पुछ रहे किधर चले गए लो भी सेलिब्रेशन बोली चल रही पांजे चल पैक लाइए चल 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 भले 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 लो भी सजनो 5 महीने का केक कटन जा रहे हैं नवाब साहब हैप्पी बर्थडे हाँ जी हाँ जी फिर कह देंगे फिर कह देंगे थैंक यू कह दिया थैंक यू कह दिया हैप्पी बर्थडे टू यू काट दे इसको काट दे ए ए हैप्पी बर्थडे टू यू Thank you.
ਚਲੋ ਬੜਾ ਵਧੀਆ ਬਰਥਡੇ ਸੈਲੀਬ੍ਰੇਟ ਹੋ ਗਿਆ ਤੇ ਹੁਣ ਆਪਾਂ ਜਾ ਰਹੇ ਹਾਂ ਬਾਹਰ ਟ੍ਰੈਫਿਕ ਹੀ ਬੜੀ ਹੈ ਨਵਾਬ ਸਾਹਿਬ ਇੱਥੇ ਆ ਕੇ ਓਕੇ ਹੋ ਗਏ ਜੇ ਤੁਸੀਂ ਹੈ ਮਤਲਬ ਬਹੁਤ ਐਂਡ ਕਰਾਈ ਵੀਰ ਨੇ ਜਿਵੇਂ ਕਿ ਤੁਸੀਂ ਪਿੱਛੇ ਵੇਖ ਹੀ ਲਏ ਸਾਰੇ ਸ਼ਾਟਸ ਏ ਫਿਊ ਮੋਮੈਂਟਸ ਲੇਟਰ ਲੋ ਵੀ ਸੱਜਣੋ ਆਪਾਂ ਆਪਣੇ ਹੋਟਲ ਵਾਪਸ ਆ ਚੁੱਕੇ ਆ ਪੰਜ ਬਾਈ ਹੁਣੀ ਵੇਟ ਕਰ ਰਹੇ ਜਿਵੇਂ ਕਿ ਤੁਹਾਡੇ ਸਾਹਮਣੇ ਖੜੇ ਹੋ ਗਏ ਬਹੁਤ ਵਧੀਆ ਬਰਥਡੇ ਸੈਲੀਬ੍ਰੇਟ ਹੋ ਗਿਆ ਓਕੇ ਰਿਪੋਰਟ ਖੁਸ਼ੀ ਖੁਸ਼ੀ ਨਾਲ ਸਭ ਕੰਨੇ ਵੜ ਗਿਆ ਵੀ ਪੰਜ ਦੇ ਪਿੱਛੇ ਪੈ ਗਏ ਕੁੱਤੇ ਸੱਜਣੋ ਦਾ ਮੁਕਾਬਲਾ ਤਗੜੇ ਲੈਵਲ ਤੇ ਚੱਲ ਰਿਹਾ ਏ ਤੇ ਕਹਿੰਦੇ ਨੇ ਇੱਥੋਂ ਪੀਜ਼ਾ ਖਾ ਕੇ ਗਏ ਸੀ ਸਵੇਰੇ ਦੋ ਕਾਲੀਆਂ ਦੇ ਵਿੱਚ ਚਿੱਟੀ ਖੜੀ ਹੋ ਗਈ ਏ ਰੋਬ ਤੇ ਚਿੱਟੀ ਦਾ ਹੀ ਪੈ ਰਿਹਾ ਏ ਚੱਲ ਪੰਜ ਚੱਲੀਏ ਹੁਣ ਜਾ ਕੇ ਸਵੇਰ ਦਾ ਮਾਹੌਲ ਚੱਲ ਵੇਖੀਏ ਕੱਲ ਨੂੰ ਕਿੱਥੇ ਜਾਣਾ ਮਨਾਲੀ ਜਾਣਾ ਕਿ ਕੱਲ ਵੀ ਕਸੌਲੀਆਂ ਆਪਾਂ अपनी जिंदगी च खुश रह अपनी कोई चक्कर नहीं भरा चल चलिए भांजे ਸੱਜਣੋ ਫੈਮਿਲੀ ਦੇ ਨਾਲ ਬਰਥਡੇ ਸੈਲੀਬ੍ਰੇਟ ਕਰ ਰਹੇ ਹੁਣ ਮੈਂ ਥੋੜਾ ਜਿਹਾ ਸੱਜਣਾ ਮਿੱਤਰਾਂ ਨਾਲ ਵੀ ਥੋੜਾ ਜਿਹਾ ਫਨ ਸ਼ਨ ਕਰ ਆਈ ਵਾਰਨਿੰਗ ਓਨਲੀ ਮੈਡ ਪੀਪਲ ਹਾਂਜੀ 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 ਮੇਰੇ ਨਾਲ ਮੈਡ ਪੀਪਲ ਹੀ ਹੁੰਦੇ ਨੇ ਆ ਵੇਖੋ ਇੱਕ ਇਹ ਮੈਡ ਪੀਪਲ ਦੋ ਮੈਡ ਪੀਪਲ ਉਹ ਆ ਤੇ ਆਪਣੇ ਕੈਫੇ ਤੇ ਆ ਚੁੱਕੇ ਆ ਵਾਹ ਜੀ ਵਾਹ ਚੱਲ ਹੁਣ ਭਾਂਜੇ ਇੱਥੇ ਤੁੰਗਾ ਇੱਥੇ ਲਾਈ ਭਾਂਜੇ ਦਾ ਸੋਨਾ ਸਪੀਕਰ ਤੇ ਕੋ ਗਾਣਾ ਛਾਣਾ ਪਤਾ ਲੱਗੇ ਭੈ ਪਿੰਡੋਂ ਆਏ ਨਿਸ਼ਾਨ ਹੋਣੀ ਆਏ ਆ ਮਾਝੇ ਏਰੀਏ ਤੋਂ ਓਏ ਵੀਰ ਦੀ ਫੋਟੋ ਲਾਈ ਆਪਣਾ ਭਰਾ ਏ ਇੱਕ ਮਿੰਟ ਏ ਆ ਲਾਤੀ ਆ ਤਾਂ ਕੁੰਡੀ ਉਸਤਾਦ ਜੀ ਇਹ ਕੈਫੇ ਹੁਣ ਹੋ ਗਿਆ ਪ੍ਰਾਈਵੇਟ ਇਸ ਟਾਈਮ ਇੱਥੇ ਪਾਰਟੀ ਚੱਲੂਗੀ ਵੱਡੇ ਲੈਵਲ ਤੇ The next day. ਹਾਂਜੀ ਗੁੱਡ ਮਾਰਨਿੰਗ ਜੀ ਲਓ ਜੀ ਤੀਜਾ ਦਿਨ ਸਟਾਰਟ ਹੋ ਚੁੱਕਾ ਹੈ ਮੇਰਾ ਬਾਬੂ ਡੈਡੀ ਨੂੰ ਚਲੋ ਅਸੀਂ ਦਾ ਪਲਾਨ ਵੇਨੇ ਆ ਕੀ ਬੰਦਾ ਆ ਤੇ ਪਿੱਛੇ ਪਿੱਛੇ ਪਾਂਜਾ ਬਾਈ ਆ ਰਿਹਾ ਪਿੱਛੇ ਕੁਝ ਲਗਾ ਰਿਹਾ ਹੈ ਪਰ ਅਸੀਂ ਨਹੀਂ ਦੱਸਣਾ ਕੀ ਲਗਾ ਰਿਹਾ ਹੈ ਕੀ ਜੀਰੇ ਮੇਰੇ ਵੀਰੇ ਉਹ ਕੀ ਜੀਰੇ ਸਪੈਸ਼ਲੀ ਆ ਕੇ ਮਾਮਾ ਮੈਨੂੰ ਤੂੰ ਦੱਸਤਾ ਮਤਲਬ ਆਪਾਂ ਮਨਾਲੀ ਚੱਲਨੇ ਹੁਣ ਅੱਜ ਲਓ ਵੀ ਮਿੱਤਰੋ ਆਪਾਂ ਨੂੰ ਗਣਾ ਹੀ ਆਹ ਖਰਚਾ ਹੋ ਚੁੱਕਾ ਹੈ मौसम आज थोड़ी जी गर्मी लग रही है गर्मी तां लगन रही है कि कल जो अहीं आए हां कल अहीं 10-11 बजे सो गए आके ते फिर उठे शामी 5-7 बजे ਤੇ ਤਾਂ ਕਰਕੇ ਉਦੋਂ ਤੇ ਫਿਰ ਠੰਡ ਹੀ ਲੱਗਣੀ ਸੀ ਤੇ ਆਹ ਗਰਮੀ ਅੱਜ ਹੀ ਫੇਸ ਕੀਤੀ ਹੈ ਨਾ ਤਾਂ ਕਰਕੇ ਅੱਜ ਗਰਮੀ ਲੱਗ ਰਹੀ ਹੈ ਲਓ ਵੀ ਸੱਜਣੋ ਆਪਣੇ ਫਰਿੱਜ ਵੀ ਲੱਗੀ ਗੱਡੀ 'ਚ ਤੇ ਤੁਹਾਨੂੰ ਵਿਖਾ ਦਈਏ ਆਹ ਵੇਖੋ ਇਹਦੇ ਨਾਲ ਬੰਦ ਤੇ ਇਹਦੇ ਨਾਲ ਏ ਸੀ ਆਉਣ ਹੁੰਦੇ ਆ ਸਾਨੂੰ ਤਾਂ ਆਪ ਨਹੀਂ ਸੀ ਪਤਾ ਅੱਜ ਹੀ ਪਤਾ ਲੱਗਾ ਵਾ ਕਿ ਨਹੀਂ ਭਾਂਜੇ ਬਾਈ ਪਹਿਲਾਂ 2-3 ਮਹੀਨੇ ਹੋ ਗਏ ਆ ਗੱਡੀ ਲਈ ਨੂੰ ਤੇ ਅਜੇ ਤੱਕ ਆਪਾਂ ਨੂੰ ਪਤਾ ਨਹੀਂ ਚੱਲ ਵੇ ਪੀ ਕੇ ਭਾਈ ਵੇ ਭਾ ਗੱਡੀ ਨਹੀਂ ਤੋਰਦਾ ਗੇਰ ਨਹੀਂ ਪੈ ਰਿਹਾ ਧੱਕਾ ਲਾਈਏ ਹਾਂਜੀ ਹਾਂਜੀ ਇੱਕ ਮਿੰਟ ਰੁਕ ਗਿਆ ਜੀ ਇੱਕ ਮਿੰਟ ਰੁਕ ਗਿਆ ਮਸਟੈਲਟੀ ਪੂਰੀ ਹੈ ਨਹੀਂ ਠੀਕ ਹੈ ਪੀ ਕੇ ਭਾਈ ਓਕੇ ਆਖਿਰ ਚਲੋ ਲੈ ਕੇ ਬਾਬੇ ਨਾਲ ਤੁਰੀਏ ਆਪਾਂ ਪਹਿਲਾਂ ਕਿ ਨਹੀਂ ਭਾਂਜੇ ਭਾਈ ਚੱਲੀਏ ਯਾਰ ਚਲੋ ਜੀ ਸਾਨੂੰ ਇੱਕ ਸਰਪ੍ਰਾਈਜ਼ ਮਿਲਿਆ ਅਸੀਂ ਬ੍ਰੇਕਫਾਸਟ ਕਰਨਾ ਇਹੀ ਆਫ ਲਿਮਿਟਸ ਜਿੱਦਾਂ ਹਰ ਵਾਰੀ ਆਈਦਾ ਆ ਇੱਥੇ ਹੀ ਅਤੇ ਇਹ ਪਹਿਲਾਂ ਆਉਂਦਾ ਸੀ ਉਹ ਨਹਿਰ ਦੇ ਕਿਨਾਰੇ ਉੱਥੇ ਹੁਣ ਹਰੇ ਜੇ ਪਤਾ ਨਹੀਂ ਬੈਨਰ ਜੇ ਲਾਤੇ ਆ ਕਹਿੰਦੇ ਆ ਕਿ ਚੱਕਰ ਪੈ ਗਿਆ ਮੇਰੇ ਹਿਸਾਬ ਨਾਲ ਪਾਣੀ ਪੁਣੀ ਆ ਗਿਆ ਨਾ ਆਪਣੇ ਵੱਲੋਂ ਤਾਂ ਅਸੀਂ ਆਏ ਹਾਂ ਕਿ ਚੱਲ ਰਿਵਰ ਸਾਈਡ 'ਤੇ ਲਾਗੇ ਬਹਿ ਕੇ ਬ੍ਰੇਕਫਾਸਟ ਕਰਾਂਗੇ ਉਸਤਾਦ ਜੀ ਕੀ ਚੱਕਰ ਪੈ ਗਿਆ ਕਹਾਂ ਗਿਆ ਰੈਸਟੋਰੈਂਟ ਜਹਾਂ ਸੇ ਫਲੱਡ ਕੇ ਕਾਰਨ ਡੈਮੇਜ ਆ ਗਈ ਹੈ ਓ ਹੋ 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 ਇਮਰਾਨ ਭਾਜੀ ਵੇਖ ਲਓ ਚਲੋ
ਪਹਿਲਾਂ ਫੋਟੋਆਂ ਲੈ ਲਾ ਭਰਾਵਾ ਬ੍ਰੇਕਫਾਸਟ ਹੀ ਕੀਤਾ ਯਾਰ ਇੱਕ ਤਾਂ ਭੇਜ ਦੋ ਮੈਂ ਜਾਨਾ ਇੱਕ ਕਿਉਂ ਭੇਜਣੀਆਂ ਨਹੀਂ ਮੈਂ ਤਾਂ ਕੱਲ ਨੂੰ ਭੇਜੂਗਾ ਯਾਰ ਇਹ ਕਿਹੜੀ ਗੱਲ ਹੋਈ ਮੇਰਾ ਸੁਭਾਅ ਹੀ ਇਦਾਂ ਦਾ ਮੇਰੇ ਫੋਨ 'ਚ ਬੜਾ ਗਲਤ ਸੁਭਾਅ ਆ ਫਿਰ ਮੈਂ ਤਾਂ ਕੱਟਣ ਲੱਗਿਆ ਫੋਟੋਆਂ ਤੇ ਉਹ ਯਾਰ ਭਾਂਡੇ ਚੱਲ ਤੂੰ ਇੱਕ ਫੋਟੋ ਦਾ ਛਾਪਾ ਪਾ ਲਿਆ ਵਾ ਸਨੈਪਚੈਟ ਦੀ ਚਾਹੀਦੀ ਹੈ ਕਿ ਕੈਮਰੇ ਵਾਲੀ ਚਾਹੀਦੀ ਆ ਫੋਟੋ ਮੈਂ ਕਿਹਾ ਜਾਨਾ ਇੱਕ ਫੋਟੋ ਮੰਗ ਲੈ ਇਹਦੀ ਫੋਟੋ ਤਾਂ ਖਾ ਲੈ ਇੱਥੇ ਕੱਢ ਪੀ ਕੇ ਭਾਈ ਇਧਰ ਛੱਡ ਲੋ ਵੀ ਸੱਜਣੋ ਉਹਨੇ ਆਪਦੇ ਆਪਦੇ ਫੋਨ 'ਚ ਹੀ ਖਿਚਾ ਲਈ ਠੀਕ ਆ ਭਰਾ ਹੁਣ ਇੱਥੇ ਬ੍ਰੇਕਫਾਸਟ ਕਰਨ ਦੀ ਸੋਚੀ ਆ ਕਿ ਚਲੋ ਕਿਤੇ ਹੀ ਸਹੀ ਪਰ ਇੱਥੇ ਵੀ ਮੈਨੂੰ ਲੱਗਦਾ ਪਾਣੀ ਤੇ ਦਿਖਣ ਨਹੀਂ ਡਿਆ ਨਹਿਰ ਕਦੇ ਪੱਥਰ ਦਿਖਣ ਡਿਆ ਲੋ ਵੀ ਉਹ ਗੱਲ ਹੋ ਗਈ ਜਿਹਦਾ ਡਰ ਸੀ ਪਾਣੀ ਇੱਥੇ ਵੀ ਨਹੀਂ ਹੈਗਾ ਭੋਰਾ ਵੀ ਉਹ ਪਾਣੀ ਕਹਾਂ ਗਾਇਬ ਹੋ ਗਿਆ ਜੋ ਰਿਵਰ ਮੇ ਥਾ ਡਾਈਵਰਟ ਹੋ ਗਿਆ ਡਾਈਵਰਟ ਕਿਧਰ ਦੂਸਰੀ ਤਰਫ ਅਸ਼ਾ ਰਿਵਰ ਪੱਲੀ ਤਰਫ ਚਲ ਗਈ ਇਸੇ ਵੀ ਸਾਈਡ ਤੇ ਉਹ ਡਾਈਵਰਟ ਕੈਸੇ ਹੋ ਗਿਆ ਵੈਸੇ ਕਿੰਨਾ ਕੁ ਨੁਕਸਾਨ ਹੋ ਗਿਆ ਆਪਕੇ ਯਹਾਂ ਕਸੌਲ ਮੇ ਨੀਚੇ ਬਚਾ ਰਹਿ ਗਿਆ ਆਪਕੀ ਤੜੀ ਆ ਫੁੱਲ ਫਿਰ ਐਸੇ ਹੀ ਰਹਿਣਾ ਸੱਜਣੋ ਕਹਿੰਦੇ ਬ੍ਰੇਕਫਾਸਟ ਆ ਚੁੱਕਾ ਏ ਟੋਪੀ ਚਿੱਟੀ ਇੱਕ ਕਾਲੀ ਟੋਪੀ ਚਿੱਟੀ ਇੱਕ ਕਾਲੀ ਸੱਜਣੋ ਆ ਨਹਿਰ ਆ ਜਿਹੜੀ ਜਿਹਦੇ ਵਿੱਚੋਂ ਪਾਣੀ ਪੁਣੀ ਆਉਣਾ ਬੰਦ ਹੋ ਗਿਆ ਪਤਾ ਨਹੀਂ ਕੀ ਚੱਕਰ ਹੋ ਗਿਆ ਆਂਦੇ ਜਦੋਂ ਫਲੱਡ ਫਲੁੱਡ ਆਏ ਉਦੋਂ ਰੋਡ ਰੁੱਡ ਗਿਆ ਸਭ ਕੁਝ ਸ਼ਾਇਦ ਨਵੀਂ ਬਣ ਗਈ ਇਹਦੀ ਪਰਲੀ ਸਾਈਡ ਨਹਿਰ ਆ ਪਤਾ ਨਹੀਂ ਕੀ ਕਹਿੰਦੇ ਸੀ ਉਹ ਵੀਰ ਹੋਣੀ ਸਮਝ ਤੇ ਲੱਗੀ ਨਹੀਂ ਚਲੋ ਜਿੰਨੀ ਕੁ ਲੱਗੀ ਹੋਣੀ ਤੁਹਾਨੂੰ ਦੱਸਤੀ ਹੈ ਜੀ ਤੇ ਲਓ ਵੀ ਆਰਡਰ ਇੱਕ ਹੋਰ ਆ ਗਿਆ ਮੇਰੇ ਵੀਰਿਓ ਅੱਜ ਉਹ ਵੀ ਸੱਜਣੋ ਜਿਵੇਂ ਕਿ ਤੁਹਾਨੂੰ ਕੱਲੀ ਕੱਲੀ ਅਪਡੇਟ ਮਿਲ ਰਹੀ ਆ ਤੇ ਆਪਾਂ ਜੋ ਜੋ ਵੀ ਟ੍ਰਿਪ ਤੇ ਇੰਜੋਏ ਕਰਾਂਗੇ ਹਨਾ ਜਿਹੜੇ ਜਿਹੜੇ ਵਧੀਆ ਵਧੀਆ ਆਪਾਂ ਮਾਹੌਲ ਚਾਲ ਜਿੱਥੇ ਜਿੱਥੇ ਆਪਾਂ ਐਕਸਪਲੋਰ ਕਰਾਂਗੇ ਜਾਂ ਫਿਰ ਜਿਹੜੀ ਜਿਹੜੀ ਚੀਜ਼ ਤੁਰ ਫਿਰ ਕੇ ਆਵਾਂਗੇ ਆਪਾਂ ਸਾਰਾ ਕੁਝ ਤੁਹਾਨੂੰ ਜ਼ਰੂਰ ਵਿਖਾਵਾਂਗੇ ਜੁੜੇ ਰਹੋ ਨਾਲ ਵਲੌਗ ਦੇ ਐਂਡ ਤੱਕ ਤੇ ਵੇਖਿਓ ਤੇ ਕਰੋ ਇੰਜੋਏ ਲਓ ਜੀ ਆਹ ਆਪਣਾ ਹੋਟਲ ਸੀ ਗੁੱਡ ਨਾਈਟ ਹੋਟਲ ਵਾਲਿਆਂ ਨੂੰ ਵੀ ਉਹ ਗੁੱਡ ਬਾਏ ਸੱਚ ਮਿਲਦੇ ਨੈਕਸਟ ਟਾਈਮ ਛੇਤੀ ਤੇ ਹੁਣ ਆਪਾਂ ਚੱਲੇ ਹਾਂ ਮਨਾਲੀ ਮਰੇ ਵੀਰੇ ਮਨਾਲੀ ਐਮ ਏ ਐਨ ਏ ਐਲ ਆਈ ਲਓ ਵੀ ਮਿੱਤਰੋ ਕਸੌਲੋਂ ਆਪਾਂ ਤੁਰ ਪਏ ਹਾਂ ਵਾਪਸ ਤੇ ਬੜਾ ਵਧੀਆ ਟ੍ਰਿਪ ਜਾ ਰਿਹਾ ਆ ਤੇ ਸੱਜਣੋ ਹੁਣ ਆਪਾਂ ਚੱਲੇ ਹਾਂ ਮਨਾਲੀ ਤੇ ਮਨਾਲੀ ਜਾ ਕੇ ਤੁਹਾਨੂੰ ਅਗਲੇ ਬੰਨੇ ਦੱਸਾਂਗੇ ਕੀ ਮਾਹੌਲ ਚੱਲ ਪੈਂਦਾ ਤੇ ਹੁਣ ਮਨਾਲੀ ਦਾ ਵੇਹਨੇ ਆ ਕਿਵੇਂ ਰਹਿੰਦਾ ਆ ਟ੍ਰਿਪ ਆਪਣਾ ਅਸਲ 'ਚ ਅਸੀਂ ਵੇਟ ਕਰ ਰਹੇ ਹਾਂ ਇੱਥੇ ਖੜੇ ਦੀ ਸਾਡੇ ਬੰਦੇ ਨਾ ਦੋ ਵਾਪਸ ਹੀ ਨਹੀਂ ਆਏ ਸੱਜਣੋ ਵੇਖੋ ਕਸੌਲ ਤੋਂ ਜਾ ਰਹੇ ਹੁਣ ਆਪਾਂ ਵਾਪਸ ਮਨਾਲੀ ਨੂੰ ਥੋੜਾ ਹੀ ਰਾਹ ਟੁੱਟਾ ਲਓ ਵੀ ਮਿੱਤਰੋ ਕਸੌਲ ਤੋਂ ਆ ਗਏ ਆਪਾਂ ਵਾਪਸ ਤੇ ਆਹ ਵਾਲਾ ਚੌਂਕ ਆ ਉਹ ਪਰਲੇ ਬਨੇ ਪੋਲਿਆ ਜੋ ਕਿ ਤੁਹਾਡੇ ਸਾਹਮਣੇ ਮਨਾਲੀ ਨੂੰ ਜਾਂਦਾ ਹੈ ਮੇਰੇ ਵੀਰਿਓ ਤੇ ਨਾਕਾਂ ਦਾ ਜਹ ਨਹੀਂ ਪਰ ਅਸੀਂ ਤੇ ਚਾਹੁੰਦੇ ਹੀ ਹੋਵੇ ਯੋ ਕਿਨੇ ਭਾਂਜੇ ਭਾਈ ਲਓ ਵੀ ਮਿੱਤਰੋ ਤੁਹਾਨੂੰ ਇੱਕ ਵਾਰੀ ਬਾਹਰੋਂ ਵਿਖਾ ਦਿੰਦੇ ਹਾਂ ਦਾਣੇ ਦਾਣੇ ਇਹ ਜਗ੍ਹਾ ਦੇ ਬਹੁਤ ਸੋਹਣੇ ਲੱਗ ਰਹੇ ਆ ਲਾਈਟਾਂ ਛੋਟੀਆਂ ਛੋਟੀਆਂ ਤੇ ਪਰ ਮੇਰੀ ਆਵਾਜ਼ ਨਹੀਂ ਜੀ ਆਉਣੀ ਹੁਣੇ ਦੱਸਦਾ ਲਓ ਵੀ ਸੱਜਣੋ ਬਾਹਰ ਮੈਂ ਕੈਮਰਾ ਕੱਢ ਕੇ ਕਿਹਾ ਸੀ ਕਿ ਸਵਰਗਾਂ 'ਚ ਹੀ ਆ ਗਏ ਕਿਉਂਕਿ ਮੈਂ ਕਿਹਾ ਆਵਾਜ਼ ਨਹੀਂ ਨਾ ਆ ਵੀਡੀਓ ਹੋ ਸਕਿਆ ਆਪਾਂ ਰਿਕਾਰਡਿੰਗ ਕੱਢ ਕੇ ਕੈਮਰੇ ਦੀ ਜਿਹੜਾ ਆਪਾਂ ਕੈਮਰਾ ਲਵਾਇਆ ਆ ਇਹਦੇ ਵਿੱਚ ਐਡ ਕਰਾਂਗੇ ਲੋ ਵੀ ਸੱਜਣੋ 8 ਕਿਲੋਮੀਟਰ ਕੁੱਲੂ ਤੇ 48 ਕਿਲੋਮੀਟਰ ਮਨਾਲੀ ਤੇ ਪਹਿਲਾਂ ਆਪਾਂ ਕੁੱਲੂ ਰੁਕਾਂਗੇ ਕੁੱਲੂ ਆਰਾਮ ਨਾਲ ਰੋਕ ਕੇ ਡਿਨਰ ਡਿਨਰ ਕਰਾਂਗੇ ਤੇ ਫੇਰ ਜਾਵਾਂਗੇ ਆਪਾਂ ਮਨਾਲੀ ਨੂੰ ਲੋ ਵੀ ਸੱਜਣੋ ਮਨਾਲੀ ਆਉਂਦੇ ਆ ਪਹਿਲਾਂ ਸਟਾਪ ਮਾਰ ਲਿਆ ਆਪਾਂ ਰੋਟੀ ਖਾਣੀ ਮੁੰਡੇ ਕਹਿੰਦੇ ਭੁੱਖ ਬਹੁਤ ਜ਼ਿਆਦਾ ਲੱਗੀ ਦੇਵ ਧਾਮ ਰੈਸਟੋਰੈਂਟ ਐਂਡ ਬਾਰ ਇਹ ਭਾਂਜੇ ਦੇ ਰਿਸ਼ਤੇਦਾਰਾਂ ਦਾ ਹੈ ਕਿ ਨਹੀਂ ਭਾਂਜੇ ਬਾਈ ਹਾਂਜੀ ਹਾਂਜੀ ਬਾਈ ਹਾਂਜੀ ਹਾਂਜੀ ਬਾਈ ਆ ਜਾਓ ਉਹ ਤਾਂ ਬਿੱਲ ਦੇਣ ਲੱਗੇ ਵੇਖਾਂਗੇ ਕਿ ਰਿਸ਼ਤੇਦਾਰਾਂ ਦਾ ਹੈ ਕਿ ਨਹੀਂ ਇੱਕ ਵਾਰੀ ਫੇਰ ਲੋਕ ਲਾ ਦਿੰਦੇ ਇਹ ਆ ਚੱਕ ਲੋ ਵੀ ਸੱਜਣੋ ਰੈਸਟੋਰੈਂਟ ਇਨਡੋਰ ਡਰਿੰਕ ਐਂਡ ਈਟੇਬਲ ਫਰੋਮ ਆਊਟਸਾਈਡ ਨੋਟ ਅਲਾਊਡ ਠੀਕ ਆ ਜੀ ਓਕੇ ਜੀ ਮਤਲਬ ਚਾਹੇ ਟਾਈਮ ਹੋ ਗਿਆ ਅਤੇ ਹੁਣ ਆਪਾਂ ਹੋਵਾਂਗੇ ਅੱਗੇ ਮਨਾਲੀ ਨੂੰ ਰਵਾਨਾ ਅਤੇ ਲਓ ਵੀ ਮਿੱਤਰੋ ਰੋਟੀ ਪਾਣੀ ਛਕ ਲਿਆ ਡਿਨਰ ਹੋ ਗਿਆ ਆ ਅਤੇ ਹੁਣ ਚੱਲੇ ਹਾਂ ਆਪਾਂ ਆਪਣੇ ਕੋਟੇਜ ਅਤੇ ਇੱਥੇ ਆਪਣਾ ਇੱਕ ਸੱਜਣਾ ਹਰ ਵਾਰੀ ਉਸੇ ਕੋਟੇਜ ਜਾਈਦਾ ਇਸ ਵਾਰੀ ਉੱਧਰ ਚੱਲਾਂਗੇ ਅਤੇ ਸਵੇਰੇ ਆਪਾਂ ਕਿਸੇ ਨਵੇਂ ਕੋਟੇਜ ਚੱਲਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਅਤੇ ਹੋਰ ਪਹੁੰਚ ਜਾਣਾ ਆਪਾਂ 40-50 ਮਿੰਟ ਤੱਕ ਤਾਂ ਜਾ ਕੇ ਤੁਹਾਨੂੰ ਦੱਸ ਦਿੰਦੇ ਸਾਹਿਬ ਫਿਰ ਕਿਵੇਂ ਲੱਗ ਰਿਹਾ ਤੁਹਾਨੂੰ ਚਿੱਲ ਕਰ ਰਹੇ ਹੋ ਪੂਰਾ ਤੁਸੀਂ ਉਹਦੇ ਬਾਹਰ ਹੀ ਵੇਖੀ ਜਾਂਦਾ ਆਹ ਥੋੜ੍ਹਾ ਥੋੜ੍ਹਾ ਰੋਡ ਇੱਥੇ ਮਨਾਲੀ ਜਾਂਦੇ ਇੰਨਾ ਕਿ ਟੁੱਟਾ ਆ ਬਾਹਲਾ ਜ਼ਿਆਦਾ ਤਾਂ ਅਜੇ ਤੱਕ ਵੇਖਿਆ ਨਹੀਂ ਬਾਕੀ ਅੱਗੇ ਜਾ ਕੇ ਚੈੱਕ ਕਰਦੇ ਹਾਂ ਹਾਂਜੀ ਹਾਂਜੀ ਨਵਾਬ ਸਾਹਿਬ ਦੱਸਤਾ ਉਹ ਵੀ ਕਹਿੰਦਾ ਦੱਸ ਦਿਓ ਅਪਡੇਟ ਦੇ ਦਿਓ ਲਓ ਵੀ ਸੱਜਣੋ ਰੋਡ ਵਾਹਵਾ ਹੀ ਟੁੱਟਾ ਆ ਜਿਵੇਂ ਕਿ ਤੁਸੀਂ ਵੇਖ ਸਕਦੇ ਜੇ ਅਤੇ ਨਹੀਂ ਤਾਂ ਮਨਾਲੀ ਦਾ ਰੋਡ ਤਾਂ ਬਹੁਤ ਜ਼ਿਆਦਾ ਘੈਂਟ ਆਣਾ ਨਹੀਂ ਤਾਂ ਅੱਗੇ ਮੈਂ ਪਹਿਲਾਂ ਕਹਿੰਦਾ ਹੁੰਦਾ ਕਿ ਆਹ ਰੋਡ ਬਹੁਤ ਵਧੀਆ ਆਣਾ ਅਤੇ ਉਨਾ ਹੀ ਟੁੱਟਾ ਨਿਕਲਿਆ A few moments later ਲੋ ਵੀ ਸੱਜਣੋ ਆਪਣਾ ਕੋਟੇਜ ਪਹੁੰਚ ਗਏ ਨੇ ਕਹਿੰਦੇ ਪਹੁੰਚ ਚੱਲੇ ਬਸ ਪਹੁੰਚ ਚੱਲੇ ਕੋਟੇਜ ਆ ਗਿਆ ਆਪਣਾ ਅਤੇ ਤਾਂ ਚੜ੍ਹਾਈ ਆ ਨਾ
ਯਾਰੀ ਬੰਬ ਆਈ ਯਾਰੀ ਬੰਬ ਜਹਾਜ ਉੱਡਣ ਨੂੰ ਤਿਆਰ माहौल चल पूरा वधिया बना के रखिया उन्होंने पता है कि आपां आउणा तां करके इदां कही आवे राजकुमार जी पहुंच गए फिर थैंक यू सर वेलकम टू माय सिडारकोटेस मैं जान तुम्हें पता है हर बार तुम्हारे पास आते हैं मैंने फुल बूटे पूरे लगे ने तुहानू अगे अगे विखाने आ लो जी आ गए आपां उपर ते तुहानू विखाने आ हां जी हां जी तुहानू वोटा पावांगे सरदार जी डन हो गया जी ओके जी आपको जा सकते हैं वहां तक कहां तक कहां जा तक वो कहां जा जाएगा अटल होने तक आगे अच्छा मेरी बात तो सुनो राती नहीं ते बहुत औखा हो जाना है पांच वीरे थार लैके जानी पर आपां यार गड्डी अगे नहीं करनी पऊगी फॉर्च्यूनर फिर एहो लै जाने आ लो भी सजनो समान सारा लैन दा वा जिवे कि तुसीं देख सकदे जे रब ता भला करे बाकी फ्रिज लाता वा जो जरूरी लाने वाला ही लो भी मित्रों ये व्लॉग आप इतने एंड कर लगे हैं जी सारे सत श्री अकाल होप कि तुम सारे ने बहुत इंजॉय किया व्लॉग वेख के कि हाँ अद्धे ज्यादा बंद दिल कर भैया वेख के वीडियो की चल निकल जाइए क्योंकि अं आप जो घर बैठे हुई तो अं वीडियो वेखी देना इतना कोई सज्जन बेली या कोई भी बंदा है ना ज्ञान का तुरना फिरना तो फिर आडा विरादा जहा बन जाता है यार भैन निकली है तो चैनल में दब के करो सबसक्राइब अगला ब्लॉग लैके आने बस कल परसों के जुड़े रहो नाल मित्रों बहुत बहुत धन्यवाद